ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਜਿਹੜਾ ਪਨੀਰੀ ਪੁੱਟ ਕੇ ਆਪਾਂ ਲਾਉਣੀ ਆ ਉਹਦੇ ਵਿੱਚ ਦੋ ਤਿੰਨ ਨੁਕਤੇ ਜਿਹੜੇ ਰੱਖਣੇ ਹੁੰਦੇ ਧਿਆਨ ਦੇਣ ਜੋ ਕਿਉਂਕਿ ਆਮ ਤੌਰ ਤੇ ਕਈ ਵਾਰ ਦੇਖਣ ਜਾ ਕੇ ਕਈ ਕਿਸਾਨ ਵੀਰ ਆ ਜਿਹੜੇ ਉਹ 5-7 ਦਿਨਾਂ ਤੱਕ ਵੀ ਪੁੱਛਦੇ ਰਹਿੰਦੇ ਕਿਉਂਕਿ ਝੋਨਾ ਚੱਲਦਾ ਨਹੀਂ ਤਾਂ ਫਿਰ ਜਦੋਂ ਪੁੱਟ ਕੇ ਦੇਖਦੇ ਸੱਤਵੇਂ ਅੱਠਵੇਂ ਦਿਨ ਤੱਕ ਤਾਂ ਉਹ ਉੱਪਰੋਂ ਇੱਕ ਜੜ ਨਵੀਂ ਕੱਢ ਰਿਆ ਹੁੰਦਾ ਥੱਲੇ ਵਾਲੀ ਜੜਾ ਜਿਹੜੀ ਉਹ ਡੇਡ ਹੋ ਗਈ ਹੁੰਦੀ ਆ ਜਾਂ ਉੱਥੇ ਹੀ ਉਹਦਾ ਵਾਧਾ ਰੁਕਿਆ ਹੋਇਆ ਹੁੰਦਾ ਤੇ ਉੱਪਰੋਂ ਨਵੀਂ ਜੜ੍ਹ ਕੱਢ ਕੇ ਫੇਰ ਫੋਟ ਸ਼ੁਰੂ ਕਰਦਾ ਇਸ ਪ੍ਰੋਸੈਸ ਦੇ ਵਿੱਚ ਕਈ ਵਾਰ ਹਫ਼ਤੇ ਤੋਂ ਉੱਪਰ ਦਾ ਸਮਾਂ ਲੰਘ ਜਾਂਦਾ ਜਦ ਕਿ ਤੀਜੇ ਇੱਕ ਦਿਨ ਜਿਹੜਾ ਹੈਗਾ ਚੌਥੇ ਦਿਨ ਉਹ ਜਿਹੜੀ ਸਟਾਰਟ ਹੋਣੀ ਚਾਹੀਦੀ ਪਨੀਰੀ ਦੀ ਜੜ੍ਹ ਦੀ ਗ੍ਰੋਥ ਤੇ ਪਲੱਸ ਜਿਹੜੀ ਹੈਗੀ ਹੈ ਫੋਟ ਨਾਲ ਦੀ ਨਾਲ ਜਿਹੜਾ ਕਿਉਂਕਿ ਜੇ ਉਹ 7 ਦਿਨ 8 ਦਿਨ 10 ਦਿਨ ਤੱਕ ਵੀ ਇਸੇ ਤਰ੍ਹਾਂ ਹੀ ਖੜਾ ਰਹਿੰਦਾ ਤਾਂ ਇਟ ਮੀਨਸ ਕਿ ਉਹਦੇ ਵਿੱਚ ਟ੍ਰਾਂਸਪਲੈਂਟਿੰਗ ਸ਼ੌਕ ਜਾਂ ਲਵਾਈ ਦੇ ਟੰਗ ਦੇ ਵਿੱਚ ਕਿਉਂਕਿ ਨਵੀਆਂ-ਨਵੀਆਂ ਗੱਲਾਂ ਜਿਵੇਂ ਜਾਂ ਕੋਈ ਨਵੇਂ ਨੁਕਤੇ ਜਾਂ ਕੋਈ ਨਵੇਂ ਸਵਾਲ ਆਉਂਦੇ ਤਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਦੀ ਆ ਕਿਉਂਕਿ ਇਹ ਝੋਨਾ ਕੋਈ ਨਵਾਂ ਤਾਂ ਆਪ ਲਾਉਣ ਨਹੀਂ ਲੱਗੇ ਹੈਗੇ ਬਹੁਤ ਸਮੇਂ ਤੋਂ ਲਾਉਨੇ ਆ ਸਾਰਿਆਂ ਨੂੰ ਤਰੀਕਾ ਹੈਗਾ ਪਰ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਜੇ ਆਪਾਂ ਰੱਖੀਏ ਕਿਉਂਕਿ ਕਈ ਵਾਰ ਕਈ ਗੱਲਾਂ ਆਪਣੇ ਵੱਸ 'ਚ ਨਹੀਂ ਹੁੰਦੀਆਂ فرض ਕਰ ਲਓ ਜਿਵੇਂ ਕਦੂ ਕਰਨਾ ਉਹਦੇ ਵਿੱਚ ਪਾਣੀ ਕਿੰਨਾ ਜ਼ਿਆਦਾ ਰੱਖਣਾ ਕਈ ਥਾਵਾਂ ਤੇ ਪਾਣੀ ਵੱਧਾ ਭਰ ਲੈਨੇ ਆਪਾਂ ਕਈ ਥਾਵਾਂ ਤੇ ਘੱਟ ਹੁੰਦਾ ਉਹਦਾ ਕੀ ਫਰਕ ਪੈਂਦਾ ਤਾਂ ਸਭ ਤੋਂ ਪਹਿਲਾਂ ਮਿੱਤਰ ਪਿਆਰੋ ਇਹ ਹੈ ਕਿ ਜਦੋਂ ਆਪਾਂ ਪਨੀਰੀ ਪੁੱਟਣੀ ਉਹ ਤੁਹਾਨੂੰ ਪਤਾ ਹੀ ਹੈ ਕਿ ਪਨੀਰੀ ਆਪਾਂ ਪੁੱਟਣ ਤੋਂ 3-4 ਦਿਨ ਪਹਿਲਾਂ ਜਾਂ 5 ਦਿਨ ਪਹਿਲਾਂ ਆਪਾਂ ਪਾਣੀ ਉਹ ਜਿਹੜਾ ਹੈਗਾ ਸੁਕਾ ਦਿੰਨੇ ਸੁਕਾਉਣ ਦਾ ਮਤਲਬ ਕਿ ਪਾਣੀ ਆਪਾਂ ਛੱਡਦੇ ਨਹੀਂ ਹੈਗੇ ਤੇ ਪਨੀਰੀ ਪੁੱਟਣ ਤੋਂ ਇੱਕ ਦਿਨ ਪਹਿਲਾਂ ਆਪਾਂ ਜਾਂ ਮੌਕੇ ਦੇ ਕਈ ਵਾਰ ਪਾਣੀ ਛੱਡ ਲੈਂਦੇ ਆ ਤੇ ਉਹ ਆਪ ਪਨੀਰੀ ਜਦੋਂ ਪੁੱਟਦੀ ਪੁੱਟਣੀ ਜਾਂ ਲੇਬਰ ਨੇ ਤਾਂ ਉਹ ਜੜਾਂ ਧੋਂਦੇ ਆ ਤੇ ਖਾਸ ਖਿਆਰੇ ਰੱਖਣਾ ਹੁੰਦਾ ਕਿ ਜੜਾ ਨਾ ਟੁੱਟਣ ਇਹਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਪਨੀਰੀ ਜਿਹੜੀ ਹੈਗੀ ਆ ਜ਼ਮੀਨ ਪੋਲੀ ਰਵੇ ਤਾਂ ਉਹਦੇ ਵਾਸਤੇ ਕੀ ਕੀ ਆਪਾਂ ਗੱਲਾਂ ਕਰ ਸਕਦੇ ਤਾਂ ਕਿ ਜੜ ਨੂੰ ਡੈਮੇਜ ਨਾ ਹੋਵੇ ਉਦੋਂ ਬਾਅਦ ਫੇਰ ਗੱਲ ਆ ਜਾਂਦੀ ਹੈ ਪਨੀਰੀ ਜਿਹੜੀ ਹੈਗੀ ਆ ਪੁੱਟ ਕੇ ਖੇਤ ਦੇ ਵਿੱਚ ਜਦੋਂ ਲਾਉਣੀ ਆ ਇੱਕ ਤਾਂ ਜਿਹੜੀ ਹੈਗੀ ਆ ਪਨੀਰੀ ਏਜਡਨ ਹੋਣੀ ਚਾਹੀਦੀ ਐਡ ਮਤਲਬ ਕਿ ਬੁੱਢੀ ਪਨੀਰੀ ਨਹੀਂ ਹੋਣੀ ਚਾਹੀਦੀ ਘੱਟ ਸਮੇ ਵਾਲੀਆਂ ਕਿਸਮਾਂ ਵਾਸਤੇ ਵੱਧ ਤੋਂ ਵੱਧ 25 ਦਿਨ ਦੀ ਪਨੀਰੀ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਵਾਸਤੇ ਵੱਧ ਤੋਂ ਵੱਧ 30 ਦਿਨ ਦੀ ਪਨੀਰੀ ਤੇ ਲੰਬੇ ਸਮੇ ਵਾਲੀ ਕਿਸਮ ਤਾਂ ਹੁਣ ਆਪਣੇ ਪੀਲੀ ਪੂਸਾ ਡੋਗਰ ਪੂਸਾ ਜਿਹੜੀ ਹੈਗੀ ਉਹਨੂੰ ਕਿਸਾਨ ਵੀਰ ਤਕਰੀਬਨ ਛੱਡ ਹੀ ਚੁੱਕੇ ਐ ਜੇ ਉਹ ਲਾਉਣੀ ਤਾਂ ਉਹਦੀ ਵੱਧ ਤੋਂ ਵੱਧ 40 ਦਿਨ ਦੀ ਪਨੀਰੀ ਵੱਧ ਤੋਂ ਵੱਧ ਦੀ ਗੱਲ ਕਰ ਰਿਹਾ ਮੈਂ ਇਹਦੂ ਘੱਟ ਲਾਉਂਗੇ ਤਾਂ ਫਾਇਦਾ ਹੋਊਗਾ ਫਿਰ ਜਿਹੜਾ ਸਭ ਤੋਂ ਜ਼ਰੂਰੀ ਨੁਕਤਾ ਪਨੀਰੀ ਦੀ ਜਿਹੜੀ ਡੰਗਾਈ ਆ ਜੜ ਦੀ ਡੰਗਾਈ ਜਿਹੜਾ ਆਪਾਂ ਡੱਕਾ ਲਾਉਣਾ ਹੁੰਦਾ ਮੈਕਸਿਮਮ 3 ਸੈਂਟੀਮੀਟਰ ਮੈਕਸਿਮਮ 3 ਸੈਂਟੀਮੀਟਰ ਦਾ ਮਤਲਬ ਬਣਿਆ ਕਿ 1 ਜਾਂ ਸਵਾ ਇੰਚ ਤੇ ਤਕਰੀਬਨ ਹੀ ਸਾਰੇ ਝੋਨਾ ਜਿਹੜੀ ਲੇਬਰ ਲਾਉਂਦੀ ਆ ਤਾਂ ਉਹ ਮੇਰਾ ਖਿਆਲ ਤਾਂ ਹੈਗਾ ਕਿ 2 ਇੰਚ ਤੋਂ ਵੀ ਟਪਾ ਜਾਂਦੇ ਆ 2.5 ਇੰਚ ਤੱਕ ਜਿਹੜੀ ਹੈਗੀ ਡੂੰਗੀ ਜੜ ਜਾਂ 3 ਇੰਚ ਤੱਕ ਜਾ ਵੜਦੀ ਹੈ ਜਿੰਨੀ ਸ਼ੈਲੋ ਜਿਹੜੀ ਹੈਗੀ ਟ੍ਰਾਂਸਪਲੈਂਟਿੰਗ ਹੋਈ ਹੋਊਗੀ ਓਨੀ ਜਲਦੀ ਪਨੀਰੀ ਚੱਲਦੀ ਆ ਤੇ ਓਨੀ ਵੱਧ ਫੋਟ ਕਰਦੀ ਆ ਜੇ ਡੂੰਗੀ ਪਨੀਰੀ ਲੱਗੂ ਚੱਲਣ 'ਚ ਵੀ ਟਾਈਮ ਲੱਗੂ ਤੇ ਫੋਟ ਵੀ ਕੱਟ ਹੋਊ ਕਿਉਂਕਿ ਜੜ ਡੂੰਗੀ ਹੋ ਗਈ ਕਿਉਂਕਿ ਥੱਲਿਓਂ ਛਖਾਵਾਂ ਨਾਲ-ਨਾਲ ਕੱਢਣੀਆਂ ਸ਼ੁਰੂ ਕਰਨੀਆਂ ਨੇ ਤਾਂ ਇਹਦੇ ਵਿੱਚ ਵੀ ਕਾਫੀ ਫਰਕ ਪੈਂਦਾ ਉਹਦਾ ਕਾਰਨ ਕੀ ਬਣਦਾ ਕਈ ਵਾਰ ਕੀ ਹੁੰਦਾ ਕਿ ਆਪਾਂ ਕਦੂ ਦੇ ਵਿੱਚ ਪਾਣੀ ਜਦੋਂ ਛੱਡਦੇ ਪਾਣੀ ਭਰਦਾ 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 ਵੱਧ ਪਰ ਜਾਂਦਾ ਕਿਉਂਕਿ ਕੱਦੂ ਕਰਨ ਦਾ ਮਤਲਬ ਕੀ ਹੁੰਦਾ ਕਿ ਪਾਣੀ ਦੇ ਪਾਣੀ ਨੂੰ ਆਪਾਂ ਮਿੱਟੀ ਦੇ ਵਿੱਚ ਛੱਡਣਾ ਤੇ ਟਰੈਕਟਰ ਫੇਰ ਕੇ ਵਿੱਚ ਉਹਦਾ ਗਾਰਾ ਬਣਾਉਣਾ ਉਹਦੀ ਜਿਹੜੀ ਸਟਰਕਚਰ ਤੋੜਨੀ ਆਪਾਂ ਮਿੱਟੀ ਦੇ ਕਾਣਾ ਜਿਹੜੇ ਮੋٹے ਬਰੀਕ ਉਦੋਂ ਬਰੀਕ ਉਹਨੂੰ ਵੱਖ-ਵੱਖ ਕਰਨਾ ਹੁੰਦਾ ਕਿ ਜਦੋਂ ਉਹ ਫਿਰ ਬਹਿਣ ਥੱਲੇ ਟਰੈਕਟਰ ਆਪਾਂ ਵਿੱਚ ਫੇਰਦੇ ਤਾਂ ਸਾਰੀ ਮਿੱਟੀ ਆਪਾਂ ਜਿਹੜੀ ਹੈਗੀ ਆ ਉਹਨੂੰ ਗਾਰਾ ਬਣਾ ਦਿੰਨੇ ਆ ਜਦੋਂ ਕਾਣ ਉਹ ਟੁੱਟ ਕੇ ਇੱਕ ਦੂਜੇ ਨਾਲ ਵੱਖ ਹੋ ਗਏ ਥੱਲੇ ਬੈਂਦੇ ਆ ਸਭ ਤੋਂ ਮੋٹے ਕਾਣ ਥੱਲੇ ਫਿਰ ਉਦੋਂ ਬਰੀਕ ਫਿਰ ਉਦੋਂ ਬਰੀਕ ਮਤਲਬ ਕਿ ਉਹਨਾਂ ਨੇ ਇੱਕ ਦੂਜੇ ਨਾਲ ਇਸ ਤਰ੍ਹਾਂ ਫਿੱਟ ਹੋ ਜਾ ਤੇ ਇਹਦੇ ਵਿੱਚ ਗਾਰਾ ਬਣਾਉਣ ਤੱਕ ਹੀ ਆਪਣਾ ਮਤਲਬ ਹੁੰਦਾ ਆਪਾਂ ਉਹਦੇ ਵਿੱਚ ਪਾਣੀ ਨਹੀਂ ਛੱਡਣਾ ਹੁੰਦਾ ਕਈ ਵਾਰ ਆਪਾਂ ਜਿਹੜਾ ਕਾਫੀ ਦੇਖਣ ਜਾਇਆ ਕਿ ਕਦੂ ਕਰਨ ਸਮੇਂ ਪਾਣੀ ਹੈ ਜਿਹੜਾ ਉਹ 2 2 3 3 4 4 ਇੰਚ ਤੱਕ ਵੀ ਪਾਣੀ ਵਿੱਚ ਜਿਹੜਾ ਹੈਗਾ ਖੜਾ ਹੁੰਦਾ ਜਿੰਨਾ ਵੱਧ ਪਾਣੀ ਖੜਾ ਹੋਊਗਾ ਖੇਤ ਦੇ ਵਿੱਚ ਕਦੂ ਕਰਨ ਸਮੇਂ ਜਾਂ ਕਦੂ ਕਰਨ ਤੋਂ ਬਾਅਦ ਜੋ ਪਨੀਰੀ ਲਾਉਣੀ ਆ ਪੁੱਟ ਕੇ ਜਿੰਨਾ ਵੱਧ ਪਾਣੀ ਹੋ ਉਹਨਾਂ ਹੀ ਕੁਦਰਤੀ ਗੱਲ ਆ ਕਿ ਬੂਟਾ ਜਿਹੜਾ ਹੈਗਾ ਟਰਾਂਸਪਲੈਂਟ ਜਿਹੜੀ ਲੇਬਰ ਕਰ ਰਹੀ ਆ ਉਹ ਬੂਟਾ ਡੂੰਘਾ ਜਾਊਗਾ ਉਦਰ ਦੀ ਗੱਲ ਆ ਜੇ ਪਾਣੀ ਜਿੰਨਾ ਘੱਟ ਹੋ ਉੰਨੀ ਉਹ ਉੱਤੇ 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 ਜਿਹੜੀ ਹੈਗੀ ਪਨੀਰੀ ਲਾਈ ਜਾਣਗੇ ਇਹਦੇ ਕਰਕੇ ਵੀ ਪਨੀਰੀ ਕਾਫੀ ਡੂੰਗੀ ਲੱਗ ਜਾਂਦੀ ਹੈ ਕਿ ਜਦੋਂ ਕਿਉਂਕਿ ਜੇ ਪਾਣੀ ਵੱਧ ਹੈ ਤਾਂ ਉਹਦੇ ਵਿੱਚ ਪਨੀਰੀ ਉੱਠਣ ਦਾ ਵੀ ਡਰ ਹੁੰਦਾ ਹੈ ਕਿ ਡੱਕਾ ਉੱਠਣਾ ਖੜੇ ਵੀ ਜੇ ਘੱਟ ਡੂੰਗਾ ਲਾਇਆ ਤਾਂ ਜਿੱਥੇ ਗਾਰਾ ਉੱਥੇ ਘੱਟ ਡੂੰਗਾ ਲਾਇਆ ਡੱਕਾ ਬਹੁਤ ਵਧੀਆ ਜਿਹੜਾ ਹੈਗਾ ਚੱਲਦਾ ਤੇ ਇਹ ਬਹੁਤ ਵੱਡਾ ਨੁਕਤਾ ਹੈਗਾ ਕਿ ਪਨੀਰੀ ਤੁਰੰਤ ਚੱਲਦੀ ਟ੍ਰਾਂਸਪਲੈਂਟਿੰਗ ਸ਼ੌਕ ਨਹੀਂ ਲੱਗਦਾ ਤੇ ਫੋਟ ਵੀ ਵੱਧ ਕਰਦੀ ਕਿ ਕਦੂ ਕਰਨ ਟਾਈਮ ਪਾਣੀ ਬਹੁਤਾ ਨਹੀਂ ਚਾਹੀਦਾ ਗਾਰਾ ਹੀ ਆਪਾਂ ਬਣਾਉਣਾ ਹੈ ਉ ਜਦੋਂ ਪਨੀਰੀ ਲੱਗ ਗਈ ਥੋੜੀ ਤੁਸੀਂ ਦੇਖੋ ਜਿੱਥੇ ਕੱਦੂ 'ਚ ਪਾਣੀ ਘੱਟ ਹੈ ਉਹ ਪਨੀਰੀ ਜਿਹੜੀ ਹੈਗੀ ਬਹੁਤ ਵਧੀਆ ਤਰੀਕੇ ਦੇ ਨਾਲ ਨਾਲ ਤੁਰੰਤ ਚੱਲੂਗੀ ਜਿੱਥੇ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਉਹ ਪਨੀਰੀ ਕਈ ਵਾਰ ਪੀਲੀ ਪੈ ਕੇ ਫੇਰ ਚੱਲਦੀ ਹੈ ਜਾਂ ਰੁੱਕ ਕੇ ਚੱਲਦੀ ਹੈ ਤੇ ਕੱਦੂ ਕਰਨ ਤੋਂ ਬਾਅਦ ਜਦੋਂ ਪਨੀਰੀ ਲੱਗ ਗਈ ਉਹ ਤੋਂ ਦੂਜੇ ਤੀਜੇ ਚੌਥੇ ਦਿਨ ਤੱਕ ਥੋੜਾ ਥੋੜਾ ਪਾਣੀ ਫਿਰ ਵਧਾ ਦਿਓ ਫਿਰ ਆਪਾਂ ਕਿਉਂਕਿ ਪਾਣੀ ਵਧਾ ਕੇ ਜਿਹੜਾ ਉਹਦੇ ਵਿੱਚ ਨਦੀਨ ਨਾਸ਼ਕ ਪਾਉਣਾ ਜਾਂ 15 ਦਿਨਾਂ ਤੱਕ ਵੀ ਤਰੇੜਾਂ ਦਾ ਪਾਟਣ ਜਾਂ ਤੁਰੰਤ ਜਿਹੜਾ ਹੈਗਾ ਆਪਾਂ ਜਿਹੜਾ ਪਾਣੀ ਖੜਾ ਰੱਖਦੇ ਆ ਤਾਂ ਵੀ ਨਦੀਨ ਨਾਹਰੇ ਹੋਣ ਮੇਨ ਮਕਸਦ ਆਪਣਾ ਇਹੀ ਹੁੰਦਾ ਤ੍ਰੀਡਾਣਾ ਪਾਟਣ ਜਾਂ ਨਦੀਨ ਆਪਾਂ ਕੋ ਆਬੂ ਕਰ ਲਈਏ ਇਸ ਤੋਂ ਬਣਾ ਹੋਰ ਕੋਈ ਆਪਣਾ ਵੱਡਾ ਮਕਸਦ ਲਗਾਤਾਰ ਪਾਣੀ ਖੜਾ ਕਰਨ ਦਾ ਹੈ ਨਹੀਂ ਉਸ ਤੋਂ ਬਾਅਦ ਫਿਰ ਆਪਾਂ ਪਾਣੀ ਜ਼ਮੀਨ ਬਹੁਤ ਜ਼ਿਆਦਾ ਜਿਹੜੀ ਗਿੱਲੀ ਪੂਰੀ ਰੱਖਣੀ ਆ ਪਾਣੀ ਬਹੁਤਾ ਜ਼ਿਆਦਾ ਮਿਹਣੇ ਨਹੀਂ ਰੱਖਦੇ ਵਿੱਚ ਖੜਾ ਹੋਇਆ ਤੇ ਇਹ ਵੀ ਆਪਣਾ ਹੈਗਾ ਆਪਣਾ ਮਿੱਥ ਬਣਿਆ ਹੋਇਆ ਆਪਣੀ ਇੱਕ ਪ੍ਰਾਣੀ ਕਾਲਪਨਿਕ ਤੌਰ ਤੇ ਆਪਾਂ ਇਹ ਗੱਲ ਬਣਾਈ ਵੀ ਕਿ ਜੇ ਲਗਾਤਾਰ ਪਾਣੀ ਖੜਾ ਰੋ ਤਾਂ ਹੀ ਫੋਟ ਕਰੂ ਗਲਤ ਗੱਲ ਆ ਪਣੀਰੀ ਡੂੰਗੀ ਨਾ ਲੱਗੀ ਹੋਵੇ ਖੇਤ ਗਿੱਲਾ ਰੱਖੋ ਫੋਟ ਬਹੁਤ ਵਧੀਆ ਕਰੂਗਾ ਪਨੀਰੀ ਵੱਡੀ ਉਮਰ ਦੀ ਨਾ ਹੋਵੇ ਜਿਆਦਾ ਡੂੰਗੀ ਨਾ ਲੱਗੇ ਕਦੂ ਕਰਨ ਸਮੇਂ ਖੇਜ ਜਿਆਦਾ ਪਾਣੀ ਨਾ ਲੱਖੋ ਪਨੀਰੀ ਦੀ ਜਿਹੜੀ ਜਾੜਾ ਉਹ ਡੈਮੇਜ ਨਾ ਹੋਈ ਹੋਈ ਹੋਵੇ ਤਾਂ ਪਨੀਰੀ ਦਾ ਮਤਲਬ ਹੀ ਨਹੀਂ ਤੁਹਾਡਾ ਕੋਈ ਢੱਕਾ ਸੁੱਕ ਜਾਊਗਾ ਜਾਂ ਪਨੀਰੀ ਤਰੰਤ ਨਾ ਚੱਲੂਗੀ ਤੇ ਜਿਹੜੀਆਂ ਥੱਲੇ ਖਾਦਾਂ ਪਾਉਣੀਆਂ ਨੇ ਜਿਵੇਂ ਪोटाश ਆ ਜਾਂ ਕੋਈ ਫਾਸਫੋਰਸ ਤਾਤਾ ਜਾਂ ਕੋਈ ਜ਼ਿੰਕ ਉਹ ਜ਼ਰੂਰ ਪਾਓ ਜਿਹੜੀ ਯੂਰੀਆ ਤੁਸੀਂ ਤੀਜਾ ਹਿੱਸਾ ਜਾਂ ਤਾਂ ਥੱਲੇ ਨਾਲ ਹੀ ਛੱਟਾ ਦੇ ਸਕਦੇ ਕਦੂ ਕਰਨ ਤੋਂ ਪਹਿਲਾਂ ਜਾਂ ਕਦੂ ਕਰਨ ਸਮੇਂ ਜਾਂ ਫਿਰ 7 ਦਿਨਾਂ ਤੱਕ ਪਹਿਲੀ ਡੋਜ਼ ਆਪਾਂ ਯੂਰੀਆ ਦੀ ਝੋਨੇ ਨੂੰ ਪਾਹੀ ਦੇਣੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ